ਹਾਂਜੀ ਕਿੱਦਾਂ ਕਰ ਰਾਤ ਅਸੀਂ 8 ਵਜੇ ਪਹੁੰਚ ਗਏ ਸੀਗੇ ਗੋਰੀਕੁੰਡ ਲਾਸਟ ਤੋਂ ਸੂਰਜ ਦੇਵ ਨਿਕਲੇ ਉਹ ਦੇਖੋ ਸੂਰਜ ਦੇਵ ਉਧਰੋਂ ਨਿਕਲੇ ਹੋਏ ਲਾਸਟ ਤੋਂ ਤੇ ਰਾਤ 8 ਵਜੇ ਪਹੁੰਚ ਗਏ ਸੀਗੇ ਗੋਰੀਕੁੰਡ ਬਹੁਤ ਮੁਸ਼ਕਿਲ ਪਹੁੰਚੇ ਸੀਗੇ ਇਨਵਿਜ਼ਿਬਿਲਿਟੀ ਜ਼ੀਰੋ ਹੋ ਗਈ ਸੀ ਨਾਈਟ ਹੋ ਗਈ ਸੀ ਆਲਮੋਸਟ ਗੋਰੀਕੁੰਡ ਤੋਂ ਮੱਥਾ ਟੇਕ ਕੇ ਸ਼ਿਵਕੁੰਡ ਚੱਲੇ ਹਾਂ ਜਿਹੜਾ ਕਿ 500 ਕੁ ਮੀਟਰ ਦੀ ਦੂਰੀ 'ਤੇ ਇੱਥੇ ਅਤੇ ਉੱਥੇ ਕਹਿੰਦੇ ਆ ਗਲੇਸ਼ੀਅਰ ਜੰਮਿਆ ਹੋਇਆ ਬਰਚੁੰਡੀ ਵੀ ਜਾ ਕੇ ਦੇਖਦੇ ਹਾਂ ਅਤੇ ਤੁਹਾਨੂੰ ਉਹਦਾ ਵਿਊ ਵੀ ਦਿਖਾ ਦਿੰਦੇ ਹਾਂ ਬਾਕੀ ਅੱਜ ਹੈਲੀਕਾਪਟਰ ਵੀ ਚੱਲ ਰਿਹਾ ਉਹਦਾ ਟ੍ਰਾਇਲ ਚੱਲ ਰਿਹਾ ਕਹਿੰਦੇ ਆਉਣ ਵਾਲੇ ਟਾਈਮ 'ਤੇ ਸਿੱਧਾ ਹੈਲੀਕਾਪਟਰ ਸ਼ੁਰੂ ਹੋ ਜਾਣਗੇ ਬਾਕੀ ਪਹੁੰਚ ਕੇ ਦੱਸਦੇ ਹਾਂ ਲਓ ਜੀ ਫਾਈਨਲੀ ਪਹੁੰਚ ਗਏ ਸ਼ਿਵਕੁੰਡ ਇਹ ਸ਼ਿਵਕੁੰਡ ਜੰਮਿਆ ਹੋਇਆ ਜਦੋਂ ਇੱਥੇ ਆਈ ਤਾਂ ਇੱਕ ਵਾਰੀ ਇਸ਼ਨਾਨ ਜ਼ਰੂਰ ਕਰੀਦਾ ਹਾਂ ਦੇਖੋ ਜੰਮੀ ਹੈ ਇਹ ਹੈ ਜੀ ਕੈਲਾਸ਼ ਪਰਬਤ ਹਾਂ ਇਹ ਸ਼ਿਵਕੁੰਡ ਇੱਥੇ ਜਿਹੜੇ ਆਮ ਲੋਕ ਆ ਉਹ ਵੀ ਇਸ਼ਨਾਨ ਕਰ ਸਕਦੇ ਆ ਹਾਂਜੀ ਉਹ ਦੇਖੋ ਕੈਲਾਸ਼ ਪਰਬਤ ਸਿਰਫ ਉੱਥੇ ਹੀ ਬਰਫ਼ ਪਈ ਆ ਪੂਰੀ ਪ੍ਰੋਪਰ ਟਾਈਮ ਹੋ ਗਈ ਸਵੇਰ ਦੇ ਤਕਰੀਬਨ 10:15 ਅਤੇ ਆਪਾਂ ਇਸ਼ਨਾਨ ਕਰ ਲਿਆ ਸ਼ਿਵਕੁੰਡ 'ਚ ਸਭ ਤੋਂ ਵਧੀਆ ਗੱਲ ਇਹ ਸੀ ਜਦੋਂ ਇਸ਼ਨਾਨ ਕੀਤਾ ਨਾ ਸਾਰੀ ਬੋਡੀ ਪੇਨ ਜੇ ਸਭ ਚਲਾ ਗਿਆ ਸਭ ਦਿਮਾਗ ਟੋਟਲੀ ਫਰੈਸ਼ ਹੋ ਜਾਂਦਾ ਤੁਸੀਂ ਦੁਬਾਰਾ ਤੋਂ ਨਵੇਂ ਸਿਰ ਤੋਂ ਸ਼ੁਰੂ ਹੋ ਜਾਂਦੇ ਹੋ ਬੈਕ ਟੂ ਅੱਗੇ ਲੋਕੇਸ਼ਨ ਲਈ ਬਹੁਤ ਅੱਛਾ ਲੱਗਿਆ ਬਹੁਤ ਵਧੀਆ ਵਿਊ ਸੀਗਾ ਅਤੇ ਹੁਣ ਆਈ ਥਿੰਕ ਜਾਂਦੇ ਹੋਏ ਤਾਂ ਘੱਟ ਹੀ ਟਾਈਮ ਲੱਗੇਗਾ ਕਿ ਹੁਣ ਤਾਂ ਉਤਰਾਈ ਆ ਆਲਮੋਸਟ ਬਾਕੀ ਹੁਣ ਲੰਗਰ ਵਗੈਰਾ ਖਾਂਦੇ ਹਾਂ ਅਤੇ ਚੱਲਦੇ ਹਾਂ ਦੱਸਾਂਗੇ ਕਿੰਨੇ ਵਜੇ ਤੱਕ ਪਹੁੰਚਦੇ ਹਾਂ 11:01 ਉਤਰਾਈ ਸ਼ੁਰੂ ਕਰਤੀ ਹੈ ਦੂਜੇ ਕਨੈਕਟਿੰਗ ਪਹਾੜ ਤੋਂ ਦੂਜੇ ਪਹਾੜ ਤੋਂ ਇਸ ਲਈ ਕੀਤੀ ਹੈ ਕਿਹਾ ਜਾਂਦਾ ਵੀ ਇਹ ਪਹਾੜ ਤੋਂ ਉਤਰਾਈ ਕਰਨਾ ਸੌਖਾ ਜਿਹੜੇ ਪਹਾੜ ਤੋਂ ਆਪਾਂ ਚੜ੍ਹਾਈ ਕੀਤੀ ਸੀ ਆਪਾਂ ਉਸ ਤੋਂ ਦੁਬਾਰਾ ਜਾਣੇ ਜਾਂਦੇ ਬਹੁਤ ਜ਼ਿਆਦਾ ਖਤਰਨਾਕ ਆ ਉਹ ਬਹੁਤ ਹੀ ਜ਼ਿਆਦਾ ਇੱਕ ਤਾਂ ਮੇਰੀ ਰੌਕ ਕਲਾਈਮਿੰਗ ਹੈ ਰੌਕ ਵੀ ਨਹੀਂ ਮੈਂ ਕਹਿ ਜਾਵਾਂ ਕਲਿਫ ਜਿਹੜਾ ਹੁੰਦਾ ਨਾ ਇੱਕ ਪਹਾੜੀ ਦਾ ਇੱਕ ਸਿਰਾ ਜਿਹਾ ਹੁੰਦਾ ਉਹੀ ਕਲਾਈਮ ਕੀਤਾ ਕੱਲ੍ਹ ਜੋ ਕਿ ਬਹੁਤ ਬਹੁਤ ਜ਼ਿਆਦਾ ਖਤਰਨਾਕ ਸੀਗਾ ਹੁਣ ਨਵਾਂ ਰਸਤਾ ਤਾਂ ਇਹ ਹੈ ਰਸਤਾ ਜਿਸ ਤੋਂ ਆਪਾਂ ਉਤਰ ਰਹੇ ਹਾਂ ਜਿਹੜਾ ਕਿ ਥੋੜ੍ਹਾ ਜਿਹਾ ਸਾਫ਼ ਸੁਥਰਾ ਉਤਰਨ ਲਈ ਕਿਹਾ ਜਾਂਦਾ ਠੀਕ ਹੈ ਚੜ੍ਹਾਈ ਲਈ ਥੋੜ੍ਹਾ ਜਿਹਾ ਮੁਸ਼ਕਿਲ ਹੈ ਅੱਗੇ ਜਾ ਕੇ ਟੱਫ ਹੋ ਜਾਂਦਾ ਚੜ੍ਹਾਈ ਲਈ ਬਿਲਕੁਲ ਸਿੱਧੀ ਚੜ੍ਹਾਈ ਆ ਜਾਂਦੀ ਹੈ ਲੇਕਿਨ ਉਤਰਨ ਲਈ ਦੇਖੋ ਪੂਰਾ ਵੀ ਦੇਖ ਲਓ ਅਸੀਂ ਜਦੋਂ ਕੱਲ੍ਹ ਆਏ ਸੀਗੇ ਨਾ ਉਸ ਰਸਤੇ ਤੋਂ ਆਏ ਸੀਗੇ ਉਸ ਰਸਤੇ ਤੋਂ ਅਤੇ ਹੁਣ ਅਸੀਂ ਇਹ ਵਾਲੇ ਪਹਾੜ ਤੋਂ ਜਾ ਰਹੇ ਹਾਂ ਹਾਂਜੀ ਤਕਰੀਬਨ 2 ਵਜਣ ਵਾਲੇ ਅਤੇ ਆਪਾਂ ਆਪਣਾ ਜਿਹੜਾ ਸਟੋਪੇਜ ਹੈ ਦਾਂਸ਼ੂ ਪਹੁੰਚ ਜਾਵਾਂਗੇ ਤਕਰੀਬਨ 1/2 ਘੰਟੇ ਤੱਕ ਜਿਹੜਾ ਨਵਾਂ ਰੂਟ ਸੀਗਾ ਬਹੁਤ ਜ਼ਿਆਦਾ ਸ਼ੋਰਟ ਹੈ ਅਤੇ ਈਜ਼ੀ ਹੈ ਇਸ ਕਰਕੇ ਕੱਲ੍ਹ ਨਾਲੋਂ ਬਹੁਤ ਘੱਟ ਟਾਈਮ ਲੱਗੂ ਜੀ ਸ਼ਾਮ ਦੇ 5 ਵੱਜ ਚੁੱਕੇ ਆ ਅਤੇ ਅਸੀਂ ਆਲਮੋਸਟ ਪਹੁੰਚਣ ਵਾਲੇ ਹਾਂ ਚੰਗੀ ਗੱਲ ਇਹ ਹੋ ਗਈ ਕਿ ਜਿਹੜਾ ਰਸਤਾ ਪਹਿਲਾਂ ਬੰਦ ਸੀ ਉਹ ਓਪਨ ਹੋ ਗਿਆ ਅਤੇ ਉੱਥੋਂ ਤਾਂ ਸਿਰਫ ਘੱਟ ਹੀ ਟਾਈਮ ਲੱਗਦਾ ਹਾਫ ਟਾਈਮ ਲੱਗਦਾ ਜਦੋਂ ਸਟਾਰਟਿੰਗ ਤੁਸੀਂ ਵੀਡੀਓ ਦੇਖੀ ਹੀ ਹੋਣਾ ਸਟਾਰਟਿੰਗ ਵੀਡੀਓ ਤੁਸੀਂ ਦੇਖੀ ਹੀ ਹੋਣਾ ਵੀਡੀਓ ਸਟਾਰਟਿੰਗ 'ਚ ਜਨਵਰੀ ਸਟਾਰਟਿੰਗ 'ਚ ਆਪਾਂ ਉਹ ਉੱਥੋਂ ਆਏ ਸੀਗੇ ਉਹ ਜਿੱਥੋਂ ਤੁਹਾਨੂੰ ਦਿਖਾ ਰਹੇ ਆਲਮੋਸਟ ਡਬਲ ਰਸਤਾ ਹੈ ਲੇਕਿਨ ਜਿਹੜੇ ਹੁਣ ਰਸਤੇ ਤੋਂ ਆਪਾਂ ਜਾ ਰਹੇ ਹਾਂ ਅਤੇ ਉਹਦਾ ਹਾਫ ਹੈ ਅਤੇ ਪਹਿਲਾਂ ਬੰਦ ਸੀ ਬਾਰਿਸ਼ ਕਰਕੇ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਹੁਣ ਓਪਨ ਹੋ ਗਿਆ ਲਓ ਜੀ ਇੱਕ ਹੋਰ ਸਰਪ੍ਰਾਈਜ਼ ਗਿਫਟ ਮਿਲ ਗਿਆ ਪਹੁੰਚਦੇ ਸਰ
हूँ जोड़ा ब्रिज है टुटा पाया हूँ इदा ही रिवर क्रॉसिंग करनी पैनी है। आई डोंट थिंक सो कोई सपोर्ट वगैरह भी हैगी है। चलो देखते हैं किदा होंगे सारा काम। ये शो रस्ते ना पंगे ही पाते हैं। तो लेट्स सी इतने करेंगे रिवर क्रॉसिंग। कोई सपोर्ट नहीं है, बस पत्थर के उपर जाना पैर रख के। चलो करके उधर पहुँच के दसदा जी। अपना सफ़र ऑलमोस्ट खत्म हो चुका है। 5 मिनट रह गए, हटसर आ जाना। बहुत अप्स एंड डाउन से टफ ट्रैक से, बहुत ही ज़्यादा टफ ट्रैक से। फाइनली वी डिड इट। थैंक यू दोस्तों इस वीडियो को देखने के लिए, और हो सके तो ज़्यादा से ज़्यादा शेयर कीजिए, लाइक कीजिए एंड सब्सक्राइब माई चैनल, ताकि मैं आपके लिए और वीडियोस लाता रहूँ।